بسم الله الرحمن الرحيم اللهم كن لوليك حجة ابن الحسن العسكري عليه الصلاه والسلام صلواتك عليه وعلى آبائه في هذه الساعه وفي كل ساعه من ساعات الليل والنهار وليا وحافظا قائدا وناصرا دليلا وعينا حتى تسكنه ورزقته وتمتعه فيها طويلا اللهم صل على محمد وعلى محمد واجل فرج آل محمد پر محمد وعلى محمد صلوات ماشاءاللہ ڈھیر سارے صاحبان تشریف فرما ہو صلوات اونچی آواز نال پڑھو اللہم صلی علی محمد و آل محمد نعرہ تکبیر نعرہ رسالت نعرہ حیدری حسینیت یزیدیت آل محمد دشمن تلانت بر محمد و آل محمد صلوات ملنگ مفت بیٹھا سمجھ صلوات ایک دفعہ پھر تکلیف کرو اونچی آواز نال پڑھو اللہ صلی اللہ اعوذ باللہ من الشیطان الرجیم بسم اللہ الرحمن الرحیم السلام علی من کان نبیا وحد مبین الماء والتین صلوات سیدنا و شفیع ذنوبنا ابی القاسم محمد محمد المصطفی و اشرف الانبیاء والمرسلین مومن مر سیدہ دے بیڑے نیڑے آتے کو میں سمجھا آتے ہیوی گال صلاح دی صدقے ہو جاوہ سارے چٹیاں داڑیاں لے بزرگوے کہ میں بزرگوان دی لکھا ہویا وین شروع کیتا ہے مومن مرد آباد راوے او بھی راضی ذات خدا دی سیدہ دے بیڑے نیڑے آتے کو میں سمجھا آتے ہیوی گال صلاح دی سیدہ دے بیڑی دی مظلوم مغموم دی مغموم دی کرے نال نشا دی آدن میں پتر موسیٰ قاظم دا میڈی دی ہے سیاد اچھا بابا اچھا نوکر سیادہ دے میڈی دی
ਉਬਤੀ ਨਾਲ ਨਾ ਸ਼ਾਦੀ। ਆ ਦਿਨ ਮੈਂ ਪੁੱਤਰਾ ਗੁਸਾ ਮੋਮਿਨ ਮਰਦ ਆਬਾਦ ਰਹੇ ਹੋ ਵੀ ਰਾਜ਼ੀ ਜ਼ਾਤ ਖੁਦਾ ਦੀ ਸਯਾਦਾ ਦਾ ਬੈਡ ਨੇੜੇ ਆ ਤੇ ਕੋ ਮੈਂ ਸਮਝਾਵਾਂ ਸਲਾਹ ਦੀ ਸਯਾਦਾ ਦਾ ਮੇਰੀ ਦੀ ਮਖਮੂਬਾ ਦੀ ਕਰੇ ਉਬਤੀ ਨਾਲ ਨਾ ਸ਼ਾਦੀ। ਆ ਦਿਨ ਮੈਂ ਪੁੱਤਰਾ ਗੁਸਾ ਲੰਗਰ ਨਿਆਜ਼ ਆਪਣੀ ਬਾਰਗਾਹ ਵਿੱਚ ਕਬੂਲ ਅੱਲਾਹ ਤੁਹਾਡਾ ਜ਼ਿਕਰ ਪਾਕ ਕਿਸ ਤੋਂ ਆਇਆ ਕਬੂਲ ਫਰਮਾ। ਮਦੀਨੇ ਦਾ ਸ਼ਹਿਰ ਈਦ ਦਾ ਰੋਜ਼ ਸੱਤਵੇਂ ਇਮਾਮ ਦਾ ਪੁੱਤਰ ਅੱਠਵੇਂ ਇਮਾਮ ਦਾ ਭਰਾ ਨਾਮ ਕਾਸਿਮ ਜਿਹੜੇ ਕਰਬਲਾ ਦੇ ਜ਼ਵਾਰ ਬੈਠੇ ਹੋ ਲਕਬ ਗਰੀਬੁਲ ਵਤਨ ਦਰਜਾਤ ਬੁਲੰਦੋ ਹਨ ਸੁਲਤਾਨ ਜ਼ਾਕਿਰੀਨ ਬਾਬਾ ਸਾਬਿਰ ਹੁਸੈਨ ਸ਼ਾਹ ਬੇਲਾਲੇ ਉਹ ਪੜ੍ਹਦੇ ਰਹਿੰਦੇ ਹਨ ਢੇਰ ਸਾਰੀਆਂ ਬਹਿਣਾਂ ਦਾ ਭਰਾ ਵਾਹ ਵਾਹ ਅੱਲਾ ਤੇਰੀ ਹੈ ਕਬੂਲ ਫਰਮਾਵੇ। ਅੱਛਾ ਬਾਬਾ ਨੌਕਰਾਂ ਢੇਰ ਸਾਰੀਆਂ ਬਹਿਣਾਂ ਦਾ ਵਿਰਾ ਮਦੀਨੇ ਦੇ ਬਾਜ਼ਾਰ ਚੋਂ ਲੰਘਦਾ ਪਿਆ ਹੀ ਬਜ਼ੁਰਗ ਫਰਮਾਉਂਦੇ ਹਨ ਜਾਂ ਮਦੀਨੇ ਦੇ ਬਦਮਾਸ਼ਾਂ ਦੇ ਬਾਲ ਹੱਥ ਚਾਕ ਕੇ ਦਿਨ ਉਹ ਸਾਹਮਣੇ ਵੇਖੋ ਜਿਹਦਾ ਅੱਜ ਈਦ ਵਾਲੇ ਦਿਨ ਵੀ ਮਹਿਲਾ ਚੋਲਾ ਏ ਬਗਦਾਦ ਦੇ ਕੈਦੀ ਦਾ ਪੁੱਤਰੇ। ਮੈਂ ਸਦਕੇ ਹੋ ਜਾਵਾਂ ਅੱਲਾ ਤੇਰੀ ਹੈ ਕਬੂਲ ਫਰਮਾਵੇ। ਬਸ ਬੜੀ ਜਲਦੀ ਨਾਲ ਵਾਦਾ ਵਫਾ ਹੋ ਗਿਆ ਹੁਕਮ ਦੀ ਤਾਮੀਲ ਹੋ ਗਈ ਹੁਕਮ ਵੀ ਇਵੇਂ ਹਈ ਜੋ ਇਸੇ ਮੁਸਾਫਿਰ ਸੈਯਦ ਦੀ ਗੁਰਬਤ ਤੇ ਮੈਂ ਦੋ ਵਹਿਣ ਪੜ੍ਹਨੇ ਬਾਬੇ ਦੀ ਗੁਰਬਤ ਸੁਣੀ ਅੱਗਾ ਨਾ ਗਿਆ ਸਿੱਧਾ ਮਾਂ ਕੋਲ ਆਇਆ ਮਾਂ ਦੇ ਨਾਲ ਬਹਿ ਕੇ ਨਹੀਂ ਮਾਂ ਸੱਚ ਮੈਂ ਬਗਦਾਦ ਦੇ ਕੈਦੀ ਦਾ ਪੁੱਤਰ ਹਾਂ। ਬੀਬੀਆਂ ਦੀ ਕਾਸਿਮ ਕਹਿਣ ਦੱਸੀ ਕਾਸਿਮ ਆਦਾ ਮਾਂ ਇਨਸਾਫ ਕਰਨਾ ਜਾਂਦਾ ਛੋਟਾ ਪੁੱਤਰ ਹੁਣ ਮੈਂ ਜਵਾਨ ਹੋ ਗਈਆਂ ਅੱਲਾ ਜਾਣੇ ਮੇਰਾ ਕਿਉਂ ਕਿਹੜਾ ਜ਼ਈਫ ਹੋ ਸੀ ਮਿਹਰਬਾਨੀ ਕਰ ਇਜਾਜ਼ਤ ਦੇ ਮੈਂ ਮੰਨ ਕੇ ਬਗਦਾਦ ਵਿੱਚ ਬਾਬੇ ਦੀ ਮੁਲਾਕਾਤ ਕਰਦਾ ਉਹਦੀਆਂ ਹੱਥ ਕੜੀਆਂ ਲਾ ਕੇ ਮੈਂ ਆਪ ਚ ਪੈਸਾ ਹੁਕਮ ਆਖਸਾਂ ਬਾਬਾ ਤੂੰ ਹੁਣ ਵਤਨ ਤੇ ਵੱਲ ਵੰਜ ਧੀਆਂ ਥੱਕ ਪਈਆਂ ਨੇ ਸਦਕੇ ਹੋ ਜਾ। ਮੇਰੀ ਸਹਿਣ ਫਰਮਾਇਆ ਕਾਸਿਮ ਮਿਹਰਬਾਨੀ ਕਰ ਗਈ ਆ ਰਾਤ ਥੰਮਣ ਦੇ ਏਡੀ ਲਾਵਣ ਦੇ ਇਹਨਾਂ ਉਜੜੀਆਂ ਬਹਿਣਾਂ ਨੂੰ ਸੰਭਣ ਦੇ ਸਯਦਾ ਦੇ ਕਿਉਂ ਮਾਂ ਬੀਬੀ ਆਦੀ ਡਰਦੀਆਂ ਮਤਾ ਤੂੰ ਟੁਰੇ ਤੇ ਤੈਨੂੰ ਟੁਰਦਾ ਡੇਕ ਕੇ ਤੇਰੀ ਕੋਈ ਬਹਿਣ ਨਾ ਮਰ ਜਾਵੇ ਸਦਕੇ ਹੋ ਜਾਵਾਂ। ਬਸ ਰਾਤ ਨੂੰ ਟਿਕ ਪਿਆ ਅੱਧੀ ਰਾਤ ਨੂੰ ਮਾਂ ਪੁੱਤਰ ਕੋ ਖੇਮੇ ਦੇ ਦਰਵਾਜ਼ੇ ਤੇ ਘਿਰਨ ਆਈ ਪੇਸ਼ਾਨੀ ਚੁਮਕਿਆ ਦੀ ਖੜੀ ਡੀ ਕੁ ਸਫ਼ਰ ਡੀ ਕੁ ਆਰਾਮ ਕਰੇ ਰਾਤ ਦੇ ਸਫ਼ਰ ਕਰੇ ਆਬਾਦੀਆਂ ਦੇ ਨਹੀਂ ਜੰਗਲਾਂ ਦੇ ਸਫ਼ਰ ਕਰੇ ਭੁੱਖ ਲੱਗੀ ਤਾਂ ਦਰਖਤਾਂ ਦੇ ਪੱਤੇ ਖਾਵੇਂ ਪਿਆਸ ਲੱਗੀ ਤਾਂ ਚਸ਼ਮਿਆਂ ਦਾ ਪਾਣੀ ਪੀਵੇਂ ਆਦਿ ਖੜੀਏ ਕਾਸਿਮ ਕਈ ਗੁਜ਼ਾਤ ਨਾ ਡਸਾਵੇਂ ਅਗਰ ਕੋਈ ਵਤਨ ਪੁੱਛੀ ਤਾਂ ਆਖੇ ਗਰੀਬ ਬੋਲੋ ਵਤਾ ਨਾ ਸਦਕੇ ਹੋ ਜਾਵਾਂ। ਅਜਾ ਮਾਂ ਪੁੱਤਰ ਕੋ ਖੜੀ ਸਮਝਾਉਂਦੀ ਆਈ ਯਕੂਮ ਅਲੀ ਸੈਣ ਦੀ ਅੱਖ ਖੁੱਲ ਗਈ ਬਾਕੀ ਭੈਣਾਂ ਦੇ ਮੋਢੇ ਹਾਲਾ ਕਹਿ ਦੀ ਅੱਖਾਂ ਖੋਲੋ ਕਾਸਿਮ ਹੀ ਟੁਰਿਆ ਵੈਂਦਾ ਸਦਕੇ ਹੋ ਜਾਵਾਂ। ਅੱਛਾ ਬਾਬਾ 18 ਧੀਆਂ ਮੂਸਾ ਕਾਜ਼ਮ ਇਮਾਮ ਦੀਆਂ ਭੱਜ ਪਈਆਂ ਮੇਰਾ ਦੇ ਦਾਮਨ ਚ ਹੱਥ ਪਾ ਕੇ ਤੇ ਚੁੱਪ ਕਰਕੇ ਜੋ ਟੁਰੇ ਆਵੇਂ ਨੇ ਨਹੀਂ ਆਦੀਆਂ ਜੋ ਸਾਨੂੰ ਨਾਲ ਰਲਾਈ ਵਨ ਨਹੀਂ ਆਦੀਆਂ ਜੋ ਅਕਬਰ ਦੀ ਭੇਂਟ ਦੇ ਵਾਂਗ ਸਾਨੂੰ ਪੱਲੂ ਵਧਾਈ ਦਿੱਤੀ ਵਨ ਕਾਸਿਮ ਮੰਗਦਿਆਂ ਹੀ ਉਹ ਕੁਝ ਜਦਾਂ ਬਗਦਾਦ ਚ ਬਾਬਾ ਮਿਲੀ ਨਾ ਇੱਕ ਤਾਂ ਬਾਬੇ ਕੋ ਸਾਡੇ ਸਲਾਮ ਦੇਵੇ
ਬੀਆਂ ਬਾਬੇ ਤੂੰ ਆਖੇ ਬਾਬਾ ਧੀਆਂ ਪਿਆ ਦੀਆਂ ਨੇ ਮਦੀਨੇ ਦੇ ਗਰੀਬ ਤੋਂ ਗਰੀਬ ਮਜ਼ਦੂਰ ਦੀਆਂ ਧੀਆਂ ਹੀ ਈਦ ਕਰਦੀਆਂ ਨੇ ਬਾਬਾ ਜਦੋਂ ਦਾ ਤੂੰ ਤੁਰਿਆ ਤੇਰੀ ਇਮਾਮਤ ਦੀ ਕਸਮ ਹੈ ਤੇ ਤੇਰੇ ਤੁਰ ਵੱਜਣ ਦੇ ਬਾਅਦ ਤੇਰੀਆਂ ਧੀਆਂ ਇੱਕ ਈਦ ਹੀ ਨਹੀਂ ਪੀਤੀ ਸਦਕੇ ਹੋ ਜਾਓ ਬਸ ਭੈਣਾ ਟੋਰਿਆ ਸ਼ਹਿਜ਼ਾਦੇ ਸਫ਼ਰ ਸ਼ੁਰੂ ਕੀਤਾ ਸਭ ਮਦੀਨੇ ਚ ਟੋਰਿਆ ਸਭ ਤੋਂ ਪਹਿਲੀ ਆਬਾਦੀ ਇਹ ਮੁਸਾਫਿਰ ਸੈਯਦ ਹਿੱਲਾ ਦੇ ਸ਼ਹਿਰ ਆਇਆ ਜਿਹੜੇ ਜ਼ਵਾਰ ਬੈਠੇ ਹਿੱਲਾ ਦੇ ਸ਼ਹਿਰ ਲੈ ਗਿਆ ਹਈ ਨਮਾਜ਼ ਮਗਰਬ ਬੈਨ ਲੋਕਾਂ ਪੜ੍ਹ ਲਈ ਹਈ ਵਾਕਿਫ ਤਾਂ ਹਈ ਕੋਈ ਨਾ ਜੋ ਕਈ ਦੇ ਘਰ ਵੰਜ ਕੇ ਡਿੱਗਿਆ ਨਮਾਜ਼ੀ ਖਾਨਦਾਨ ਦਾ ਹਈ ਹਿੱਲਾ ਦੀ ਜਾਮਿਆ ਮਸਜਿਦ ਦੀ ਇੱਕ ਚੁੰਡੇ ਚ ਆ ਕੇ ਸੈਯਦ ਬਹਿ ਗਿਆ ਨਮਾਜ਼ੀ ਨਮਾਜ਼ ਪੜ੍ਹ ਕੇ ਤੁਰਦੇ ਰਹੇ ਵਾਰਿਸ ਨਮਾਜ਼ ਚੁੱਪ ਕਰਕੇ ਰੋਂਦਾ ਰਿਹਾ ਆਖਿਰ ਤੇ ਅਬੂ ਬਸੀਰ ਮੋਮਿਨ ਆਇਆ ਇਸ ਨਮਾਜ਼ ਬੜੀ ਮਸਜਿਦ ਦੀਆਂ ਸਫਾਂ ਲਪੇਟੀਆਂ ਆਸੇ ਪਾਸੇ ਨਿਗਾਹ ਮਾਰੀ ਜਦ ਅਬੂ ਬਸੀਰ ਨੂੰ ਕੋਈ ਨਜ਼ਰ ਨਹੀਂ ਆਇਆ ਨਾ ਸਰ ਤੂੰ ਅਮਾਮਾ ਲਹਾ ਕੇ ਜ਼ਮੀਨ ਤੇ ਸੱਟਾ ਕਰਬਲਾ ਵਾਲੇ ਪਾਸੇ ਮੂੰਹ ਕਰਕੇ ਅਬੂ ਬਸੀਰ ਅਦੇ ਹੁਸੈਨ ਕੈਦ ਮੈਨੂੰ ਤੇਰੀਆਂ ਬਹਿਣਾਂ ਦੀ ਵੀ ਨਹੀਂ ਭੁੱਲਦੀ ਆਦਾ ਤੇਰੇ ਅਕਬਰ ਪੁੱਤਰ ਦੀ ਜਵਾਨੀ ਦੀ ਕਸਮ ਹੈ ਭੁੱਲਦੀ ਉਹਦੀ ਵੀ ਨਹੀਂ ਜਿਹਨੂੰ ਕਿਤਵਾਂ ਸਾਲ ਏ ਤੇ ਅੱਜ ਖੜ ਕੇ ਖਲਾ ਦੀ ਵਹਿੰਦਾ ਹੈ ਸਦਕੇ ਹੋ ਜਾਵਾ ਬਸ ਅਬੂ ਬਸੀਰ ਘਰ ਲੈ ਇਖਤਸਾਰ ਪਿਆ ਕਰਦਾ ਘਰ ਲੈ ਆਇਆ ਚਲੋ ਹੋਰ ਮੁਖਤਸਰ ਕਰਾਂ ਬਾਬੇ ਆ ਕੇ ਰੋਕਿਆ ਜੋ ਇਹ ਸ਼ੀਆ ਦਾ ਘਰ ਰਹੀ ਇੱਥਾਂ ਹੀ ਟਿਕ ਪਹੁੰਚੇ ਤਾਂ ਜ਼ਿੰਦਗੀ ਬਚ ਪਹੁੰਚੀ ਆ ਅਬੂ ਬਸੀਰ ਦੇ ਘਰ ਇਸ ਮੁਸਾਫਿਰ ਸੈਯਦ ਰਹਿਣਾ ਸ਼ੁਰੂ ਕੀਤਾ ਇਸੇ ਅਬੂ ਬਸੀਰ ਦੇ ਘਰ ਵਿੱਚ ਇਸ ਪਰਦੇਸੀ ਸੈਯਦ ਨੂੰ ਦਾੜੀ ਲੱਥੀ ਤੇ ਬਹਿਣਾ ਨਾ ਦਿੱਤੀ ਇਤਨਾ ਹੀ ਇਖਤਸਾਰ ਮੈਂ ਕਰ ਸਕਦਾ ਹਾਂ ਜਿਨ੍ਹਾਂ ਦੀ ਜਵਾਨ ਔਲਾਦ ਵੱਧ ਤੱਕ ਖਤਾ ਅਬੂ ਬਸੀਰ ਦੇ ਘਰ ਇਸ ਮੁਸਾਫਿਰ ਸੈਯਦ ਨੂੰ ਦਾੜੀ ਲੱਥੀ ਤੇ ਬਹਿਣਾ ਨਾ ਦਿੱਤੀ ਇੱਕ ਦਿਨ ਅਬੂ ਬਸੀਰ ਆਪਣੀ ਬੀਵੀ ਦੇ ਕੋਲ ਆਇਆ ਆਦੇ ਤੂੰ ਆਖੇ ਜਿਸ ਨਬੀ ਦਾ ਮੈਂ ਕਲਮਾ ਪੜ੍ਹਦਾ ਅਬੂ ਬਸੀਰ ਬੈਠਾ ਤੇ ਬੀਵੀ ਨੂੰ ਜਿਸ ਨਬੀ ਦਾ ਮੈਂ ਕਲਮਾ ਪੜ੍ਹਦਾ ਉਸ ਨਬੀ ਦੀ ਸ਼ਰੀਅਤ ਤੇ ਉਸ ਬਾਦਸ਼ਾਹ ਦਾ ਹੁਕਮੇ ਜਿਹਦਾ ਬਾਪ ਨੂੰ ਪਤਾ ਚੱਲ ਜਾਵੇ ਜੋ ਮੇਰੀ ਧੀ ਜਵਾਨ ਹੈ ਸਾਡਾ ਨਬੀ ਫਰਮਾਉਂਦੇ ਉਹ ਬਾਪ ਜੁੱਤੀ ਪਾਵੇ ਬਸ ਉਸ ਵੇਲੇ ਲਹਾਵੇ ਜੇ ਵੇਲੇ ਧੀ ਦੀ ਡੋਲੀ ਘਰ ਚ ਟੋਰ ਛੋੜੇ ਅਬੂ ਬਸੀਰ ਤੇ ਤੂੰ ਆਖੇ ਤਾਂ ਮੈਂ ਆਪਣੀ ਧੀ ਦੀ ਸ਼ਾਦੀ ਇਸ ਮੁਸਾਫਿਰ ਨਾਲ ਕਰ ਛੋੜਾਂ ਤੈਨੂੰ ਸਮਝ ਆ ਗਈ ਤੇ ਮੁਸੱਲੇ ਤੇ ਹੈ ਕਰਸਿਆ ਤੇ ਤੂੰ ਆਖੇ ਤਾਂ ਮੈਂ ਧੀ ਦੀ ਸ਼ਾਦੀ ਇਸ ਮੁਸਾਫਿਰ ਨਾਲ ਕਰ ਛੋੜਾਂ ਹੱਥ ਬੰਨ ਕੇ ਆਦੀਏ ਤੂੰ ਮਾਲਿਕ ਹੈ ਜੋ ਚਾਹੇ ਕਰ ਸਕਦਾ ਹੈ ਮਗਰ ਪੁੱਛੇ ਤਾਂ ਆ ਜੋ ਇਸ ਮੁਸਾਫਿਰ ਦਾ ਵਤਨ ਕਿੱਥੇ ਬੀਵੀ ਦੇ ਮੂੰਹ ਤੇ ਹੱਥ ਦੇ ਕਹਿੰਦਾ ਖਬਰਦਾਰ ਇਹ ਗੱਲ ਵੱਤ ਨਾ ਕਰੇ ਜਿੱਦਾਂ ਕੰਢ ਕਰਕੇ ਟੁਰਦਾ ਹੈ ਮੈਨੂੰ ਸਤਵਾਂ ਇਮਾਮ ਨਜ਼ਰ ਆਉਂਦਾ ਹੈ ਵਾਹ 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 ਅੱਲਾ ਭਲਾ ਕਰੇ ਨੌਕਰ ਬਸ ਸ਼ਾਦੀ ਦੀ ਤਾਰੀਖ ਰੱਖੀ ਮਹਿੰਦੀ ਦੀ ਰਾਤ ਆਈ ਅਬੂ ਬਸੀਰ ਦੀ ਬੇਟੀ ਤੁਹਾਡੀ ਤੇ ਸਾਡੀ ਸਹਿਣ ਜਨਾਬੇ ਬੀਬੀ ਆਸਮਾ ਦੀਆਂ ਸਹੇਲੀਆਂ ਮਹਿੰਦੀ ਦੀ ਰਾਤ ਹੱਥਾਂ ਤੇ ਮਹਿੰਦੀ ਦੇ ਥਾਲ ਚਾਏ ਕਾਸਿਮ ਦੇ ਕੋਲ ਆ ਕੇ ਅਰਮਾਨ ਏ ਅੱਜ ਤੇਰੀਆਂ ਬਹਿਣਾ ਹੋਵੇ ਨਾ ਤੇਰੀਆਂ ਬਹਿਣਾ ਤੇ ਹਿੰਨ ਕੋਈ ਨਾ ਪਰਦੇਸੀ ਹੱਥ ਵਧਾ ਤੇਰੇ ਹੱਥ ਤੇ ਮਹਿੰਦੀ ਲਾਉਂ ਕਾਸਿਮ ਹੱਥ ਵਧਾਇਆ ਮਗਰ ਢਾ ਮਾਰ ਕੇ ਰੁਨਾ ਇਹ ਵਾਪਸ ਭੱਜ ਪਈਆਂ ਅਬੂ ਬਸੀਰ ਦੇ ਕੋਲ ਆ ਕੇ ਅਗਨ ਕਿਉਂ ਜੇ ਬੰਦੇ ਨਾਲ ਧੀ ਦੀ ਸ਼ਾਦੀ ਪਿਆ ਕਰਦਾ ਹੈ ਮਹਿੰਦੀ ਦੀ ਰਾਤ ਹਰ ਕੋਈ ਖੁਸ਼ ਹੁੰਦਾ ਹੈ ਇਹ ਢਾਈ ਮਾਰ ਕੇ ਰੋਂਦਾ ਭੱਜ ਪਈ ਅਬੂ ਬਸੀਰ ਕਾਸਿਮ ਦੇ ਕੋਲ ਆ ਕੇ ਕਹਿੰਦਾ ਰੋ ਨਹੀਂ ਆਖੇ ਤੇ ਮੈਂ ਸ਼ਾਦੀ ਦੀ ਤਾਰੀਖ ਵਧਾ ਛੁੜੇ ਨਾ ਤੇ ਗੁਬਾ ਪਰਦਾ ਮਹਮਲ ਦੇਣਾ ਵੰਜ ਅਗਰ ਕੋਈ ਵਤਨ ਤੇ ਭੇਣ ਹੀ ਤਾਂ ਭੇਣ ਬੁਲਾ ਅਬੂ ਬਸੀਰ ਦੀ ਗੱਲ ਮੁੱਕੀ ਮੁਸਾਫਿਰ ਤੂੰ ਕੁਰਸੀ ਛੁੱਟ ਗਈ ਅਬੂ ਬਸੀਰ ਦੀ ਗੱਲ ਚ ਪਾਵਾ ਪਾ ਕਹਿੰਦਾ ਚਾਚਾ ਤੂੰ ਜੋ ਆਦੇ ਵਤਨ ਤੂੰ ਭੇਣ ਬੁਲਾ ਮੇਰੀ ਕੋਈ ਵਤਨ ਤੇ ਇੱਕ ਭੇਣ ਹੈ ਸਦਕੇ ਹੋ ਜਾ ਨੌਕਰ ਮਾਮਾ ਤੇਰਾ ਬਸ ਜਾਂਦੀ ਹੋਈ ਸ਼ਾਦੀ ਹੋਈ ਸ਼ਾਦੀ ਦੇ ਬਾਅਦ ਹਰ ਕੋਈ ਦੁਆ ਮੰਗਦਾ ਹੈ ਅੱਲਾ ਪੁੱਤਰ ਦੇ ਕਾਇਨਾਤ ਦਾ ਵਾਹਿਦ ਗਰੀਬ ਸੈਯਦ ਜਿਹੜਾ ਹਰ ਨਮਾਜ਼ ਦੇ ਬਾਅਦ ਆਖਿਆ ਅੱਲਾ ਪੁੱਤਰ ਨਹੀਂ ਉਹ ਦੇ ਜਿਹੜੀ ਮਰ ਜਾਵਾਂ ਤਾਂ ਮੇਰੀ ਮੰਜੀ ਦਾ ਪਾਵਾ ਲੱਪ ਕੇ ਰੋਵੇ ਦੁਆ ਕਬੂਲ ਅੱਲਾ ਨੇ ਥੀ ਅਦਾ ਕੀਤੀ ਕੁੰਮ ਵਾਲੀ ਬਹਿਣ ਨਾਲ ਚੋਖਾ ਪਿਆਰ ਹੈ
زبیر دے نام تو شہزادے دھی دا نام رکھیا فاطمہ انہیں لالا میری ترے دھیان میں شہزادی دی غربت تو قربان کر چھوڑا بس ایا فاطمہ سید زادی چار سال دے سندی آ کے ہوئی تے پیو نو زہر مل گئی نوکری کرنا ہے سبیل تے اس سبیل تے زہر ملی میں جملے چھوڑے نہ کھڑا کیونکہ میرے بعد ساڈے مہمان جا کے رہن انہوں نے زیادہ دیر نہ بہاوا اس سبیل تے اس شہزادے نو زہر ملی مالک کے سبیل دے ہتھاں تے سبیل دی چابی رکھی اس سبیل دا مالک کہتا ہے کیوں نوکری چھوڑے نہیں اگر تیری تنخواہ تھوڑی ہے تو میں تیری تنخواہ ودا دیواں گل وچ بھائی پا کہتا ہے نہیں چاچا گل تنخواہ دی نہیں میری ازل تو مک گئی ہے دیواراں دے سہارے گندا اٹھدا باندا جھڑدا اپنے دروازے تے آیا دروازہ بند نظر آیا دستک دیتی چار سال دی دھی آ کے دروازہ کھولیا جنی چھوٹی اولاد ہے پیو دے چہرے تے موت دی زردی دیتھی دھی پیو دے گل وچ ماں باپ کہہ دیے بابا خیر تے ہے دھی کو ہاں نہ لا کہہ دین نہ آپ رو نہ مینو روا تیری یتیمی دے موسم آ گئے فرمایا بستر بنا چار سال دی سیدادی بھج پئی بستر چا کے چار پائی تے رکھا سا روان والا سجیو بستر بناویا کھبیوں لپٹی ونیا کھبیوں بناویا سجیوں لپٹی ونیا اجد ہی بستر نائی بنایا ید ہی دے سامنے پیوں کو خون دی الٹی آئی ہے بچی بھج پئی ہے سر جھولی اج پا کیا جی بابا مرن تو پہلے ڈسی ونیا میرے داد کے کتھرا دے بی بی آ جی بابا ڈسی ونیا میری آنکھ بھی آ کے تھو بیٹھی مرحبا صدقے آ جاواں جی بابا آ جی بابا ڈسی ونیا قربان کر دیواں سیدہ دے میری دھی مینوں زہر مل گئی ہے میں بچدا نہیں بچی سمجھیا زہر جو مل گئی ہے سوچے دا پیو سی اج وطن تے مراں بے مڑی لاش تے مڑیاں بھیڑی وال کھولن میڈی ماں میڈے مئیا تے رویا بچیاں دے بابا گھبرا نہیں اگر تم مر گئیو میں تیرے جنازے تے دے وڈے وین کرے سان لوکاں نو مسوما یاد آو سیدہ دے میری نی کول مسوما تو کیویں جان دی ہے آج یہ بابا نہ روا حسین دن ہی مسوما آج یہ بابا چوتھی رات میں نے خواب چاندی ہے میں کو آدھے دھیل نہ سنتی کر تیری یتیمی تے وہ سما گئے کائنات قربان کر دے وہاں بس ختم آخری دو یا ڈھائی منٹ فرمایا میری دھی ماں کن گئی ہے آدھے بابا مانان کی ہوئے فرمایا ونج ماں کو سڑ کے نا بچی بھج پئی نان کی حویلی آوے تا قیامت دا منظر آسمان سر کو موت دی بڑی ماری بیٹھی ہے محلے دی عورتاں کٹھیاں ہو کے آسمان دے کول آئیاں بیٹھی ہیں بچی غور نال سنے تا ہولے ہولے آدیاں بیٹھی ہیں سنے آئے وطن تے غریب دیاں اٹھارا دیئے انی پوترائیں درمان اسے گل دائے پوتروں انی آئین جنازہ مزدور چھائے صدقے ہو جاوا اللہ گواہ بچی غور دے نال گل سنی ماں دے گولا کیا دیا ماں میرا بابا غریب سڑے دے آسمان دیے ون پیوں کو آنکھ میری وڈی مجبوری ہے میں نہ سمجھی بچی واپس ولی کا سمد ہے ماں نہیں آئی آدھی بابا ساڑے خون دی جو نہیں اللہ گواہ قاسم ہے میرے کولا دھی کولا ہی اپنے ہاتھ نال دکھ مٹی دا بھر کے سارے جروا ہے فرمایا ہون لگی وانج تنو سننا نہ پوسی بچی ماں دے سامنے آئی آسمان دھی دی حالت دی تھی دھی دے گل چماما پا کیا دیے حالت کئے بنائی یا دیا ماں بھاج پا بابے کو زہر مل گئی ہے بی بی یا دیا ماں بھاج پاؤ
مرحبا مرحبا صدقے ہو جاوا بس ختم آسمان بھج پئی قدماں تے آپ کے ہاتھ لائے شہزادہ میں منت کر دیا مینوں معاف چکر میری وڈی مجبوری ہوئی قاسم آج میرے تو وڈی تیری ہور کہڑی مجبوری ہوئی آدھی اللہ جانے تجھے نئے نئے جانتا سدا سدواں امام آئی جنا نام مصطفیٰ بھائی آج تری تھوڑی ہے او زہر مل گئی ہے اوندا جنازہ پھلے بغداد پی آئے جدا پیو دی زہر دا سنا اس غریب نو اپنی زہر بھل گئی ہے ماتم کر کے ادا ہائے میں غریب دا بابا سیدہ دے بابا تے کوئی دیر مل گئی ہے وطن تے نہیں آ رہا بس دھی دی جھولی پیو دی آنکھاں بند ہو گئی وطن دا پیا دھی دی جھولی پیو دی آنکھاں بند ہو گئی آسماں وین شروع کیتے ابو بصیر دھی دا سر چمکیا دے تم میاں تے وین کر میں بازار وچ کفن لایا روالا ابو بصیر بازار تریا واپس والے آتا دروازہ بند نظر آئے دستک دے کے دے میری دھی دروازہ کھول آسمان دیے بابا اندر پردہ آئے ابو بصیر آدھے میری دھی دھی آدھے پیو آدھے پردے نہیں ہونے آدھے بابا تو بازار تریا ہے میری دھی سر دوال جا کھولے مدینے دے مو کر کے آدھے چاچا رضا for me.